ਬਹੁਤ ਖੁਸ਼ੀ ਹੈ ਕਿਉਂਕਿ ਕਰੋਨਾ ਦੇ ਦਰਮਿਆਨ ਦੇ ਵਿੱਚ ਹੋਰ ਵੀ ਪਾਬੰਦੀਆਂ ਜਿਹੜੀਆਂ ਸੀਗੀਆਂ ਉਹ ਸਭ ਖੁੱਲ੍ਹ ਗਈਆਂ। ਉਹ ਬਾਅਦ ਦੇ ਵਿੱਚ ਇਹੋ ਹੀ ਜਿਹੜਾ ਸੀਗਾ ਰਹਿ ਗਿਆ ਸੀਗਾ ਉਹ ਵੀ ਸਰਕਾਰ ਨੇ ਜਿਹੜਾ ਵਾ ਉਹ ਖੋਲ੍ਹ ਦਿੱਤਾ ਵਾ ਔਰ ਉਮੀਦ ਹੈ ਲੋਕ ਜਿਹੜੇ ਹੈਗੇ ਨੇ ਬੜੇ ਖੁਸ਼ੀ ਦੇ ਨਾਲ ਦਰਸ਼ਨ ਕਰਨ ਦੇ ਲਈ ਜਲਦੀ ਤੋਂ ਜਲਦੀ ਆਪਣਾ ਅਪਲਾਈ ਕਰਨਗੇ। ਥੋੜ੍ਹੀ ਪ੍ਰਕਿਰਿਆ ਨੂੰ ਥੋੜ੍ਹਾ ਜਿਹਾ ਆਸਾਨ ਕੀਤਾ ਜਾਏ ਤਾਂ ਕਿ ਆਮ ਲੋਕ ਵੀ ਜਿਹੜੇ ਹੈਗੇ ਨੇ ਜਾ ਕੇ ਉਹ ਦਰਸ਼ਨ ਕਰ ਸਕਦੇ। ਬਹੁਤ ਵਧੀਆ ਲੱਗ ਰਿਹਾ ਜੀ, ਮਤਲਬ ਮਨ ਨੂੰ ਖੁਸ਼ੀ ਮਿਲ ਰਹੀ ਹੈ ਪੂਰੀ ਜੀ। ਦਰਸ਼ਨ ਦੀਦਾਰੀ ਕਰਕੇ ਆਵਾਂਗੇ ਹੁਣ ਗੁਰੂ ਸਾਹਿਬ ਦੇ ਆਪਣੀ ਪਵਿੱਤਰ ਧਰਤੀ ਦੇ ਜਾ ਕੇ, ਜੋ ਮਨ ਨੂੰ ਸਕੂਨ ਬਾਕੀ ਉੱਥੋਂ ਹੋ ਕੇ ਆ ਕੇ ਸਭ ਕੁਛ ਤੁਹਾਨੂੰ ਆਉਂਦੇ ਹੋਏ ਐਕਸਪੀਰੀਅੰਸ ਦੱਸਦੇ ਆ ਜੀ। ਹਾਂਜੀ ਹਾਂਜੀ, ਔਨਲਾਈਨ ਸੀਗਾ ਚੱਲ ਰਿਹਾ ਸੀ, ਕੱਲ੍ਹ ਅਪਲਾਈ ਕੀਤਾ, ਅੱਜ ਵੀਜ਼ਾ ਵੀ ਆ ਗਿਆ। ਠੀਕ ਹੈ ਜੀ, ਅਤੇ ਬਹੁਤ ਈਜ਼ੀ ਪ੍ਰੋਸੈਸ ਆ ਜੀ, ਸਾਰਿਆਂ ਨੂੰ ਆਉਣਾ ਚਾਹੀਦਾ ਹੈ ਜੀ। ਕੋਵਿਡ ਨਹੀਂ, ਨੋਰਮਲ ਆਪਣੀ ਰਿਪੋਰਟ ਦਿਖਾਉਣੀ ਹੈ ਜੀ, ਜਿਹੜੀ ਤੁਹਾਡੇ ਕੋਵਿਡ ਟੀਕਾਕਰਨ ਹੋਇਆ ਹੋਊਗਾ ਜੀ। ਠੀਕ ਹੈ, ਬਸ ਉਹ ਦੱਸਣਾ। ਹਾਂਜੀ, ਨਹੀਂ ਟੈਸਟ ਰਿਪੋਰਟ ਨਹੀਂ, ਓਨਲੀ ਕੋਵਿਡ ਦਾ ਜਿਹੜਾ ਟੀਕਾਕਰਨ ਹੋਇਆ ਜੀ, ਉਹਦਾ ਡੋਜ਼ ਲੱਗੀ ਜੀ। 4 ਮੈਂਬਰ ਜਾ ਰਹੇ ਸਰ। ਸਾਨੂੰ ਬਹੁਤ ਖੁਸ਼ੀ ਇਸ ਗੱਲ ਦੀ ਕਿ ਮੋਦੀ ਸਰ ਨੇ ਆਪਣਾ ਇਹ ਕਰਤਾਰਪੁਰ ਕੋਰੀਡੋਰ ਖੋਲ੍ਹ ਦਿੱਤਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ, ਕਿਉਂਕਿ ਜਨਮ ਦਿਹਾੜਾ ਆ ਰਿਹਾ ਗੁਰੂ ਜੀ ਦਾ, ਅਤੇ ਉਹਨੂੰ ਉਸ ਸਾਨੂੰ ਬਹੁਤ ਖੁਸ਼ੀ ਇਸ ਗੱਲ ਦੀ ਸਰ। ਬਹੁਤ ਆਸਾਂ ਨੇ, ਸਾਨੂੰ ਤਾਂ ਇੱਥੇ ਦੇਖ ਕੇ ਸਾਡਾ ਰੋਮ ਰੋਮ ਖੜ੍ਹਾ ਹੋ ਗਿਆ ਕਿ ਹਾਂ ਅਸੀਂ ਇੱਥੇ ਤੱਕ ਪਹੁੰਚ ਗਏ ਹਾਂ, ਅਤੇ ਇੱਥੇ ਪਹੁੰਚ ਗਿਆ ਸਮਝ ਲਓ ਐਵੇਂ ਹੋ ਗਏ ਜਿਵੇਂ ਦਰਸ਼ਨ ਹੋ ਗਏ ਗੁਰੂ ਸਾਹਿਬ ਦੇ। ਸਾਨੂੰ ਸੈਂਟਰ ਸਰਕਾਰ ਨੇ ਲਾਂਘਾ ਖੋਲ੍ਹਿਆ ਨੇ ਜੀ, ਇਹ ਏਰੀਆ ਵਾਸਤੇ ਬਹੁਤ ਇੱਕ ਮਤਲਬ ਕਿ ਜਿਵੇਂ ਨਾ ਕਿਸੇ ਮਨ ਦੇ ਵਿੱਚ ਚਾਅ ਹੁੰਦਾ, ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿਉਂਕਿ ਇਸ ਨੂੰ ਪਹਿਲਾਂ ਖੁੱਲ੍ਹਿਆ ਥੋੜ੍ਹੇ ਟਾਈਮ ਵਾਸਤੇ ਖੁੱਲ੍ਹਿਆ, ਉਸ ਤੋਂ ਬਾਅਦ ਕਰੋਨਾ ਲੱਗ ਗਿਆ। ਕਰੋਨਾ ਦੇ ਵਿੱਚ ਵੀ ਮਤਲਬ ਕਿ ਪਬਲਿਕ ਕਹਿੰਦੀ ਸੀ ਕਿ ਮਤਲਬ ਕਿ ਖੁੱਲ੍ਹਣਾ ਚਾਹੀਦਾ, ਅਤੇ ਵੈਸੇ ਤਾਂ 24 ਘੰਟੇ ਹੀ ਖੁੱਲ੍ਹਣਾ ਚਾਹੀਦਾ ਜੀ, ਬਗੈਰ ਰੋਕ ਟੋਕ ਤੋਂ। ਆਧਾਰ ਕਾਰਡ ਹੈ, ਕਿਸੇ ਕੋਲ ਆਧਾਰ ਕਾਰਡ ਦੇ ਨਾਲ ਬੰਦਾ ਜਾ ਸਕੇ, ਅਤੇ ਜੇ ਕੋਈ ਹੋਰ ਡਰਾਈਵਿੰਗ ਲਾਇਸੈਂਸ ਹੈ ਕੋਈ ਹੈ ਆਪਣੇ ਇੰਡੀਅਨ ਦੇ ਕੋਲੋਂ ਅਤੇ ਪਾਕਿਸਤਾਨ ਜਾ ਸਕਣ, ਅਤੇ ਉੱਧਰੋਂ ਵੀ ਇਜਾਜ਼ਤ ਮਿਲੇ ਕਿ ਹਾਂ ਇਸ ਦੇ ਆਧਾਰ ਨਾਲ ਆ ਸਕਦੇ ਨੇ, ਅਤੇ ਬਹੁਤਿਆਂ ਕੋਲ ਪਾਸਪੋਰਟ ਨਹੀਂ ਹੈਗੇ। ਬਲਕੇ ਸਹੂਲਤ ਹਰੇਕ ਨੂੰ ਹੋਣੀ ਚਾਹੀਦੀ ਹੈ, ਕੋਈ ਵਾਂਝਾ ਨਾ ਦੇਵੇ। ਕੱਲ੍ਹ ਨੂੰ ਆਪਣਾ 19 ਦਾ ਗੁਰਪੁਰਬ ਹੈ, ਦੁਨੀਆ ਬੜੀ ਹੁੰਮ ਹੁਮਾ ਕੇ ਜਾ ਰਹੀ ਹੈ। ਸਾਡੇ ਪਿੰਡ 'ਚ ਬੜੇ ਸ਼ੇਖਪੁਰ ਪਿੰਡ ਸਾਡਾ ਡਿਸਟ੍ਰਿਕਟ ਅੰਬਾਲੇ 'ਚ ਹੈ, ਉੱਥੋਂ ਕਈਆਂ ਬੰਦਿਆਂ ਦੇ ਮਤਲਬ ਕਿ ਮਾਨਤਾ ਮਿਲ ਗਈ ਉਹਨਾਂ ਨੂੰ ਜਾਣ ਵਾਸਤੇ, ਉਹ ਵੈਰੀਫਿਕੇਸ਼ਨ ਉਹਨੇ ਕਰਵਾ ਲਈ, ਅਤੇ ਹੋ ਸਕਦਾ ਉਹ ਕੱਲ੍ਹ ਨੂੰ ਮਤਲਬ ਕਿ 18 ਤਰੀਕ ਹੈ ਅਤੇ ਕੱਲ੍ਹ ਨੂੰ ਜਾਣਗੇ ਉਹ।